ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ Exam Study With Job Alert ਤੇ ਤਾਂ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਅੱਜ ਦੀ ਜਿਹੜੀ ਵੀਡੀਓ ਹੈ ਉਹ ਭਾਰਤ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਸੱਤ ਸਕੀਮਾਂ ਨੇ ਜਿਹਦਾ ਫਾਇਦਾ ਜਿਹੜਾ ਤੁਸੀਂ ਉਠਾ ਸਕਦੇ ਹੋ ਸੋ ਆਪਾਂ ਨੂੰ ਕਈ ਵਾਰ ਜੋ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਸਕੀਮਾਂ ਦਿੰਦੀ ਹੈ ਇਸ ਬਾਰੇ ਪਤਾ ਨਹੀਂ ਹੁੰਦਾ ਆਪਾਂ एलिਜੀਬਲ ਹੁੰਨੇ ਆ ਪਰ ਆਪਾਂ ਉਸ ਸਕੀਮ ਦਾ ਲਾਭ ਹੈ ਜਿਹੜਾ ਨਹੀਂ ਲੈ ਸਕਦੇ ਇਸ ਕਰਕੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਵਾਲ ਤੇ ਪ੍ਰੈਸ ਜੁੜ ਕਰ ਲਿਓ ਅਤੇ ਵੀਡੀਓ ਨੂੰ ਅੱਗੇ ਵੱਧ ਵੱਧ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਕਿਸੇ ਗਰੀਬ ਦਾ ਕਿਸੇ ਲੋੜਵੰਦ ਦਾ ਇਸ ਸਕੀਮ ਨਾਲ ਫਾਇਦਾ ਜਿਹੜਾ ਹੋ ਸਕੇ ਤਾਂ ਸ਼ੇਅਰ ਕਰਦੇ ਆਂ ਜੀ ਪੂਰੀ ਜਾਣਕਾਰੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 73ਵੇਂ ਜਨਮ ਦਿਨ 17 ਸਤੰਬਰ 2023 ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ ਇਹ ਨਵੀਂ ਯੋਜਨਾ ਹੈ ਇਸ ਸਾਲ ਸੁਤੰਤਰਤਾ ਦਿਵਸ ਦੇ ਮੌਕੇ ਤੇ ਲਾਲ ਕਿਲੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵੈਤੀ ਹਾਨਰ ਚ ਲੱਗੇ ਕਰਮਚਾਰੀਆਂ ਨੂੰ ਲਾਭ ਪਹੁੰਚਾਉਣ ਲਈ ਪੀਐਮ ਵਿਸ਼ਕਰਮਾ ਯੋਜਨਾ ਦਾ ਐਲਾਨ ਜਿਹੜਾ ਕੀਤਾ ਸੀ ਤਾਂ ਇਹ ਨਵੀਂ ਨਵੀਂ ਯੋਜਨਾ ਹੈ ਸੋ ਇਹਦੇ ਵਿੱਚ ਡਿਟੇਲ ਅੱਗੇ ਆਏਗੀ ਤਾਂ ਸੈਂਟਰ ਦੀ ਸਰਕਾਰ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਕਈ ਲੋਕ ਭਲਾਈ ਸਕੀਮਾਂ ਜਿਹੜੀ ਸ਼ੁਰੂ ਕੀਤੀਆਂ ਨੇ ਜਿਨ੍ਹਾਂ ਦਾ ਲਾਭ ਆਮ ਲੋਕਾਂ ਨੂੰ ਜਿਹੜਾ ਮਿਲ ਰਿਹਾ ਹੈ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਵੀ ਉਹਨਾਂ ਦੇ ਵਿੱਚੋਂ ਇੱਕ ਹੋਣ ਜਾ ਰਹੀ ਹੈ ਜਿਸ ਨਾਲ ਰਵਾਇਤੀ ਹੁਨਰ ਅਤੇ ਦਸਤਕਾਰੀ ਨਾਲ ਜੁੜੇ ਕਰਮਚਾਰੀਆਂ ਨੂੰ ਲਾਭ ਹੈ ਜਿਹੜਾ ਮਿਲੇਗਾ ਤਾਂ ਪਹਿਲੀ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਆ ਗਈ ਇਸ ਸਕੀਮ ਤਹਿਤ 13000 ਕਰੋੜ ਰੁਪਏ ਦੀ ਵਿਵਸਥਾ ਜਿਹੜੀ ਕੀਤੀ ਗਈ ਹੈ ਜਿਹੜੀ ਅਗਲੇ 5 ਸਾਲਾਂ ਯਾਨੀ ਕਿ 2023-24 ਤੋਂ 2027-28 ਤੱਕ ਲਾਗੂ ਜਿਹੜੀ ਰਹੇਗੀ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਦੇ ਤਹਿਤ ਪਰੰਪਰਾਗਤ ਕਾਰੀਗਰਾਂ ਦਸਤਾ ਕਾਰੀ ਕਾਰੀਗਰਾਂ ਨੂੰ ਵਿਸ਼ਕਰਮਾ ਸਰਟੀਫਿਕੇਟ ਅਤੇ ਪਛਾਣ ਪੱਤਰ ਮਿਲੇਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਇਸ ਯੋਜਨਾ ਦੇ ਤਹਿਤ ਉਦੇਸ਼ ਦੇ ਗਰੀਬ ਅਤੇ ਬੇਕਾਰੇ ਲੋਕਾਂ ਨੂੰ ਉਹਨਾਂ ਦੇ ਘਰ ਬਣਾਉਣ ਲਈ ਕੇਂਦਰ ਸਰਕਾਰ ਦੁਆਰਾ ਸਹਾਇਤਾ ਦਿੱਤੀ ਜਾਂਦੀ ਹੈ ਇਸ ਰਾਸ਼ੀ ਦੀ ਮਦਦ ਨਾਲ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਨਾਗਰਿਕ ਆਪਣੇ ਘਰ ਜਿਹੜੇ ਬਣਾ ਸਕਣਗੇ ਤਾਂ ਜਿਹੜੇ ਗਰੀਬ ਗੁਰਬਿਆਂ ਦੇ ਘਰ ਹੁੰਦੇ ਆ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਹੈ ਜਿਹੜੇ ਬੰਦੇ ਆ ਸੋ ਤੁਸੀਂ ਇਹ ਯੋਜਨਾ ਲਈ ਵੀ ਅਪਲਾਈ ਹੈ ਜਿਹੜਾ ਕਰ ਸਕਦੇ ਹੋ ਅੱਗੇ ਆਗੇ ਜੀ ਜਨਤਨ ਯੋਜਨਾ ਇਸ ਯੋਜਨਾ ਦੇ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕ ਬੈਂਕਾਂ ਦੇ ਵਿੱਚ ਜ਼ੀਰੋ ਬੈਲੈਂਸ ਦੇ ਖਾਤੇ ਆਪਣੇ ਖੋਲ ਸਕਦੇ ਆ ਚੈੱਕ ਬੁੱਕ પાસਬੁੱਕ ਦੁਰਘਟਨਾ ਬੀਮਾ ਤੋਂ ਇਲਾਵਾ ਆਮ ਆਦਮੀ ਨੂੰ ਜਨਤਨ ਬੈਂਕ ਖਾਤੇ ਤੇ ਓਵਰਡਰਾਫਟ ਦੀ ਸਹੂਲਤ ਹੈ ਜਿਹੜੀ ਮਿਲਦੀ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਕੇਂਦਰ ਸਰਕਾਰ ਖੇਤੀ ਵਿੱਚ ਦੇਸ਼ ਦੇ ਛੋਟੇ-ਛੋਟੇ ਅਤੇ ਸੀਮਤ ਕਿਸਾਨਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਚਲਾਉਂਦੀ ਹੈ ਇਸ ਯੋਜਨਾ ਤਹਿਤ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨੂੰ 1 ਸਾਲ ਵਿੱਚ 6000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਇਹ ਪੈਸਾ ਜਿਹੜਾ ਸਿੱਧਾ ਕਿਸਾਨ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਆਉਂਦਾ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ ਇਸ ਸਕੀਮ ਦੇ ਵਿੱਚ ਲਾਭਪਾਤਰੀਆਂ ਦੀ ਯੋਗਤਾ ਜ਼ਮੀਨ ਆਮਦਨ ਦੇ ਸਰੋਤ ਅਤੇ ਕੁਝ ਹੋਰ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦਿਆਂ ਤੈਅ ਕੀਤੀ ਗਈ ਹੈ ਤਾਂ ਜਿਹੜਾ ਆਪਾਂ ਅਕਸਰ ਪਿੰਡਾਂ ਦੇ ਵਿੱਚ ਕਹਿੰਦੇ ਆ ਕਿ ਮੋਦੀ ਵਾਲਾ 2000 ਰੁਪਿਆ ਆ ਗਿਆ ਤਾਂ ਉਹ ਇਹ ਯੋਜਨਾ ਦੇ ਅੰਤਰਗਤ ਜਿਹੜਾ ਆਉਂਦਾ ਹੈ ਕਿਸਾਨ ਸਨਮਾਨ ਨਦੀ ਯੋਜਨਾ ਅਗਲੀ ਯੋਜਨਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਤਾਂ ਸੈਂਟਰ ਦੀ ਸਰਕਾਰ ਨੇ ਮਾਰਚ 2020 ਦੇ ਵਿੱਚ ਇਹ ਯੋਜਨਾ ਸ਼ੁਰੂ ਕੀਤੀ ਸੀ ਕਰੋਨਾ ਮਹਾਮਾਰੀ ਕਾਰਨ ਲਾਕਡਾਊਨ ਦੇ ਦੌਰਾਨ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ ਅਤੇ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਭੰਈਆ ਕਰਵਾਇਆ ਗਿਆ ਸੀ ਕੇਂਦਰ ਸਰਕਾਰ ਇਸ ਸਕੀਮ ਨੂੰ ਕਈ ਵਾਰ ਵਧਾ ਚੁੱਕੀ ਹੈ ਫਿਲਹਾਲ ਇਸ ਸਕੀਮ ਦਾ ਲਾਭ ਦਸੰਬਰ 2023 ਤੱਕ ਲਿਆ ਜਾ ਸਕਦਾ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਦੇ ਜ਼ਰੀਏ ਦੇਸ਼ ਦੇ 80 ਕਰੋੜ ਨਾਗਰਿਕਾਂ ਨੂੰ ਹਰ ਮਹੀਨੇ 5 ਕਿਲੋ ਕਣਕ ਜਾਂ ਚਾਵਲ ਹੈ ਜਿਹੜੇ ਮੁਫਤ ਦਿੱਤੇ ਜਾਂਦੇ ਹੈ ਅੱਗੇ ਆਗੇ ਜੀ ਉਜਵਲਾ ਯੋਜਨਾ ਤਾਂ ਭਾਰਤ ਸਰਕਾਰ ਨੇ ਦੇਸ਼ ਦੀਆਂ ਔਰਤਾਂ ਜ਼ਿੰਦਗੀ ਨੂੰ ਬਦਲਣ ਦੇ ਉਦੇਸ਼ ਨਾਲ ਮਈ 2016 ਦੇ ਵਿੱਚ ਉਜਵਲਾ ਯੋਜਨਾ ਜਿਹੜੀ ਸ਼ੁਰੂ ਕੀਤੀ ਸੀ ਇਸ ਸਕੀਮ ਤਹਿਤ ਬੀਪੀਐਲ ਕਾਰਡ ਧਾਰਕਾਂ ਨੂੰ ਮੁਫਤ ਗੈਸ ਕਨੈਕਸ਼ਨ ਹੈ ਜਿਹੜਾ ਦਿੱਤਾ ਜਾਂਦਾ ਹੈ ਸਬਸਿਡੀ ਤੇ ਸਾਲ ਵਿੱਚ 12 ਗੈਸ ਸਿਲੰਡਰ ਦਿੱਤੇ ਜਾਂਦੇ ਆ। ਸਬਸਿਡੀ ਸਿੱਧੇ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਜਿਹੜੀ ਜਮਾ ਕੀਤੀ ਜਾਂਦੀ ਹੈ। ਤਾਂ ਅੱਗੇ ਆ ਗਿਆ ਜੀ ਆਯੂਸ਼ਮਾਨ ਭਾਰਤ ਯੋਜਨਾ। ਦੇਸ਼ ਦੇ ਗਰੀਬ ਅਤੇ ਆਰਥਿਕ ਤੌਰ ਤੇ ਕਮਜ਼ੋਰ ਨਾਗਰਿਕਾਂ ਦੀ ਸਿਹਤ ਦਾ ਧਿਆਨ ਰੱਖਣ ਦੇ ਉਦੇਸ਼ ਨਾਲ ਮੋਦੀ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਵਿੱਚ ਆਯੂਸ਼ਮਾਨ ਕਾਰਡ ਧਾਰਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਹੈ ਜਿਹੜੀ ਮਿਲਦੀ ਹੈ। ਅੱਗੇ ਆ ਗਈ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਇਹ ਯੋਜਨਾ ਮੌਤ ਦੀ ਸਥਿਤੀ ਵਿੱਚ ਬੀਮੇ ਵਾਲੇ ਦੇ ਪਰਿਵਾਰ ਨੂੰ 2 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਜਿਹੜੀ ਪ੍ਰਦਾਨ ਕਰਦੀ ਹੈ ਜਿਵੇਂ ਕਿ ਇਸ ਯੋਜਨਾ ਦਾ ਨਾਮ ਹੀ ਬੀਮੇ ਤੇ ਹੈ ਜਿਹੜਾ ਰੱਖਿਆ ਗਿਆ ਅੱਗੇ ਆ ਗਈ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਭਾਰਤ ਦੀ ਵੱਡੀ ਆਬਾਦੀ ਦੀ ਸੁਰੱਖਿਆ ਦੇ ਉਦੇਸ਼ ਨਾਲ ਸਾਲ 2015 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਪਹਿਲਾਂ ਇਸ ਦਾ ਸਾਲਾਨਾ ਪ੍ਰੀਮੀਅਮ 12 ਰੁਪਏ ਸੀ ਜਿਸ ਨੂੰ 1 ਜੂਨ 2022 ਤੋਂ ਵਧਾ ਕੇ 20 ਰੁਪਏ ਕਰ ਦਿੱਤਾ ਗਿਆ ਹੈ ਇਸ ਸਕੀਮ 'ਚ ਤੁਹਾਨੂੰ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਮਿਲਦਾ ਹੈ ਜੇਕਰ ਤੁਹਾਡੀ ਉਮਰ 18 ਤੋਂ 70 ਸਾਲ ਦੇ ਵਿਚਕਾਰ ਹੈ ਤਾਂ ਤੁਸੀਂ ਇਹ ਸੁਰੱਖਿਆ ਬੀਮਾ ਯੋਜਨਾ ਜਿਹੜੀ ਖਰੀਦ ਸਕਦੇ ਹੋ ਜੋ ਸਿਰਫ 20 ਰੁਪਏ ਪ੍ਰਤੀ ਸਾਲ ਦੇ ਕੇ 2 ਲੱਖ ਰੁਪਏ ਤੱਕ ਦਾ ਕਵਰੇਜ ਹੈ ਜਿਹੜਾ ਦਿੰਦੀ ਹੈ ਤਾਂ ਬਹੁਤ ਵਧੀਆ ਇਹ ਯੋਜਨਾ ਹੈ ਅੱਗੇ ਆਗੇ ਜੀ ਅਟਲ ਪੈਨਸ਼ਨ ਯੋਜਨਾ ਇਹ ਭਾਰਤ ਦੇ ਨਾਗਰਿਕਾਂ ਲਈ ਇੱਕ ਪੈਨਸ਼ਨ ਯੋਜਨਾ ਹੈ ਜੋ ਸੰਗਠਨਤਾ ਖੇਤਰ ਦੇ ਕਰਮਚਾਰੀਆਂ ਤੇ ਕੇਂਦਰਿਤ ਹੈ ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਇਸ ਪੈਨਸ਼ਨ ਸਕੀਮ ਵਿੱਚ 18 ਸਾਲ ਤੋਂ 40 ਸਾਲ ਦੀ ਉਮਰ ਤੱਕ ਨਿਵੇਸ਼ ਕਰਨਾ ਹੁੰਦਾ ਹੈ ਇਸ ਸਕੀਮ ਰਾਹੀਂ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ ਵੱਧ ਤੋਂ ਵੱਧ 5000 ਰੁਪਏ ਤੱਕ ਦੀ ਪੈਨਸ਼ਨ ਜਿਹੜੀ ਪ੍ਰਾਪਤ ਕੀਤੀ ਜਾ ਸਕਦੀ ਹੈ ਪੈਨਸ਼ਨ ਦੀ ਰਕਮ ਤੁਹਾਡੇ ਨਿਵੇਸ਼ਾਂ ਤੇ ਹੈ ਜਿਹੜਾ ਨਿਰਭਰ ਕਰੇਗੀ ਤਾਂ ਇਹ ਸਾਰੀਆਂ ਭਾਰਤ ਸਰਕਾਰ ਦੀਆਂ ਯੋਜਨਾਵਾਂ ਹਨ ਜਿਹੜੀਆਂ ਚੱਲ ਰਹੀਆਂ ਨੇ ਸੋ ਹਰ ਇੱਕ ਨੂੰ ਇਹ ਸੋ ਯੋਜਨਾਵਾਂ ਬਾਰੇ ਪਤਾ ਨਹੀਂ ਹੁੰਦਾ ਅਗਰ ਤੁਹਾਡੇ ਪਿੰਡ ਦੇ ਵਿੱਚ ਕੋਈ ਕੈਫੇ ਵਾਲਾ ਹੈ ਜੋ ਵਕੈਂਸੀਆਂ ਭਰਦਾ ਹੈ ਬਿੱਲ ਭਰਦਾ ਹੈ ਤਾਂ ਉਸ ਕੋਲੇ ਜਾ ਕੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸਕੀਮ ਲਈ ਹੈ ਜਿਹੜਾ ਅਪਲਾਈ ਕਰ ਸਕਦੇ ਹੋ ਕਈ ਸਕੀਮਾਂ ਬੈਂਕਾਂ ਵਿੱਚ ਵੀ ਆਉਂਦੀਆਂ ਨੇ ਉਹ ਤੁਹਾਨੂੰ ਬੈਂਕ ਕਰਮਚਾਰੀ ਦੱਸਦੇ ਹੈ ਜਾਂ ਤੁਸੀਂ ਵੀ ਜਦੋਂ ਜਿਹੜੀ ਬੈਂਕ ਤੁਹਾਡਾ ਖਾਤਾ ਹੁੰਦਾ ਹੈ ਤਾਂ ਉੱਥੇ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਬੈਂਕ ਦੇ ਵਿੱਚ ਕੋਈ ਭਾਰਤ ਸਰਕਾਰ ਦੀ ਯੋਜਨਾ ਆਈ ਹੈ ਜਾਂ ਫਿਰ ਨਹੀਂ ਉਹਨਾਂ ਕੋਲ ਸਾਰੀ ਡਿਟੇਲ ਜਿਹੜੀ ਹੁੰਦੀ ਹੈ ਉਹ ਤੁਹਾਨੂੰ ਦੱਸ ਦਾਨਗੇ ਕਿ ਤੁਸੀਂ ਇਸ ਯੋਜਨਾ ਦਾ ਫਾਇਦਾ ਲੈ ਸਕਦੇ ਹੋ ਜਾਂ ਫਿਰ ਨਹੀਂ ਤਾਂ ਕੱਲੀ ਕੱਲੀ ਯੋਜਨਾ ਦੀ ਇਹ ਜਾਣਕਾਰੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਅਗਰ ਫਿਰ ਵੀ ਕੋਈ ਤੁਹਾਨੂੰ ਜਾਣਕਾਰੀ ਹੈ ਜਿਹੜੀ ਸਮਝ ਨਹੀਂ ਆਉਂਦੀ ਕਿਸੇ ਯੋਜਨਾ ਬਾਰੇ ਪਤਾ ਨਹੀਂ ਲੱਗਦਾ ਤਾਂ ਵੀਡੀਓ ਦੇ ਨੀਚੇ ਜ਼ਰੂਰ ਕਮੈਂਟ ਕਰਿਓ ਕੋਸ਼ਿਸ਼ ਕਰਾਂਗੇ ਤੁਹਾਨੂੰ ਹੋਰ ਵਿਸਤਾਰ ਨਾਲ ਉਸੋ ਯੋਜਨਾ ਦੀ ਡਿਟੇਲ ਹੈ ਜਿਹੜੀ ਦੱਸ ਦੇਈਏ ਤਾਂ ਕਾਫੀ ਸਾਰੀਆਂ ਇਹਦੇ ਵਿੱਚ ਯੋਜਨਾਵਾਂ ਨੇ ਜਿਵੇਂ ਆਪਾਂ ਬੀਮਾ ਯੋਜਨਾ ਦੀ ਉਦਾਹਰਨ ਲੈ ਸਕਦੇ ਹਾਂ ਸਿਰਫ ਪਹਿਲਾ ਉਹਦੇ ਵਿੱਚ 12 ਰੁਪਏ ਦਾ ਨਿਵੇਸ਼ ਸੀਗਾ ਕਹਿੰਨ ਤੋਂ ਭਾਵ ਸਾਲ ਦੇ 12 ਰੁਪਏ ਤਾਂ ਹੁਣ 20 ਰੁਪਏ ਕੀਤੇ ਗਏ ਨੇ ਸਾਲ ਦੇ ਤਾਂ ਉਥੇ ਤੁਹਾਨੂੰ ਬੀਮਾ ਯੋਜਨਾ ਤੁਹਾਡੀ ਸਿਹਤ ਬੀਮਾ ਯੋਜਨਾ ਦੁਰਘਟਨਾ ਯੋਜਨਾ ਕਹਿ ਸਕਦੇ ਆ ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਤੁਹਾਨੂੰ 2 ਲੱਖ ਰੁਪਏ ਤੱਕ ਦੀ ਰਾਸ਼ੀ ਹੈ ਜਿਹੜੀ ਮਿਲ ਜਾਵੇਗੀ ਤਾਂ ਇਹ ਇਸ ਤਰ੍ਹਾਂ ਦੀਆਂ ਕਈ ਹੋਰ ਵੀ ਸਕੀਮਾਂ ਹੁੰਦੀਆਂ ਨੇ ਘਰ ਵਾਲੀ ਸਕੀਮ ਆ ਗਈ ਤਾਂ ਉਹਦੇ ਵਿੱਚ ਤੁਸੀਂ ਆਪਣਾ ਮਕਾਨ ਹੈ ਜਿਹੜਾ ਬਣਵਾ ਸਕਦੇ ਹੋ ਇਸ ਯੋਜਨਾ ਦਾ ਲਾਭ ਲੈ ਕੇ ਸਾਰੀਆਂ ਹੀ ਇਹ ਯੋਜਨਾਵਾਂ ਨੇ ਜਿਹੜੀਆਂ ਬਹੁਤ ਵਧੀਆ ਨੇ ਇਸੇ ਕਰਕੇ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸੋ ਜਰੂਰ ਅੱਗੇ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜਿਸ ਵੀ ਗਰੁੱਪ ਦੇ ਵਿੱਚ ਐਡ ਹੋ ਜਿੱਥੋਂ ਤੱਕ ਹੋ ਸਕਦਾ ਹੈ ਇਸ ਤਰ੍ਹਾਂ ਦੀ ਵੀਡੀਓ ਨੂੰ ਤੁਸੀਂ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਬਹੁਤ ਲੋਕ ਹੁੰਦੇ ਆ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ ਸੋ ਬਿਲਕੁਲ ਇਹ ਸਹੀ ਜਾਣਕਾਰੀ ਹੈ ਕੋਈ ਵੀ ਗਲਤ ਇਨਫੋਰਮੇਸ਼ਨ ਹੈ ਜਿਹੜੀ ਸੀ ਪ੍ਰੋਵਾਈਡ ਨਹੀਂ ਕਰਦੇ ਬਾਕੀ ਅੱਗੇ ਜੋ ਵਾਕੈਂਸੀਆਂ ਨਾਲ ਸੰਬੰਧਤ ਜਾਂ ਕਿਸੇ ਮੀਟਿੰਗ ਨਾਲ ਸੰਬੰਧਤ ਜਾਂ ਫਿਰ ਮਾਸਟਰ ਕੁਕਟਰ ਭਰਤੀ ਲੈ ਕੇ ਜੋ ਵੀ ਅਪਡੇਟਸ ਆਏਗੀ ਸਮੇਂ ਸਿਰ ਜਾਣਕਾਰੀ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਆਹਤੇ ਪ੍ਰੈਸ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ YouTube ਆਪਣੇ ਪਲੇਟਫਾਰਮ ਤੇ ਲਗਾਤਾਰ ਅਪਡੇਟਸ ਕਰਦਾ ਰਹਿੰਦਾ ਹੈ ਹੋ ਸਕਦਾ ਤੁਹਾਨੂੰ ਸਹੀ ਤਰ੍ਹਾਂ ਤੇ ਸਹੀ ਟਾਈਮ ਤੇ ਨੋਟੀਫਿਕੇਸ਼ਨ ਜਿਹੜਾ ਨਾ ਮਿਲੇ ਇਸ ਕਰਕੇ ਅਸੀਂ ਵਾਰ-ਵਾਰ ਕਹਿੰਦੇ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਜੋ ਘੰਟੀ ਹੈ ਆਲ ਵੀਡੀਓ ਤੇ ਪ੍ਰੈਸ ਕਰ ਲਿਓ ਜਦੋਂ ਵੀ ਅਸੀਂ ਅਪਡੇਟ ਦੇਵਾਂਗੇ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਏਗਾ ਧੰਨਵਾਦ